ਭਾਜਪਾ ਦੇ ਅੰਮ੍ਰਿਤਸਰ ਹਲਕਾ ਉੱਤਰੀ ਤੋਂ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ ਨੂੰ ਹਲਕੇ ਦੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ। ਦੇਰ ਰਾਤ ਤੱਕ ਪਿੰਟੂ ਵੱਲੋਂ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ। ਇਸੇ ਕੜੀ ਦੇ ਤਹਿਤ ਉਹ ਬਸੰਤ ਐਵਨਿਊ ਤੇ ਪ੍ਰੋਫੈਸਰ ਕਲੋਨੀ ਵਿੱਚ ਆਪਣੇ ਵਰਕਰਾਂ ਤੇ ਸਮਰਥਕਾਂ ਨੂੰ ਮਿਲੇ, ਜਿੱਥੇ ਲੋਕਾਂ ਨੇ ਇੱਕ ਆਵਾਜ਼ ਵਿੱਚ ਪਿੰਟੂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਹੀ ਪਿੰਟੂ ਵੱਲੋਂ ਰਾਮਨਗਰ ਕਲੋਨੀ ਵਿੱਚ ਵੀ ਡੋਰ ਤੋਂ ਡੋਰ ਕੀਤਾ ਗਿਆ, ਜਿੱਥੇ ਹਰਜੀਤ ਸਿੰਘ ਨੂੰ ਜੂਆ ਮੋਰਚਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਵੀ ਮੌਜੂਦ ਰਹੇ ਸਨ। ਜੀ ਅੱਜ ਤੁਹਾਡੇ ਇਲਾਕੇ 'ਚ ਕੌਣ ਆਇਆ? ਸ਼੍ਰੀ ਸੁਖਮਿੰਦਰ ਪਿੰਟੂ ਜੀ ਆਏ ਆ ਸਾਡੇ ਹਲਕੇ ਦੇ ਵਿੱਚ, ਅਤੇ ਅਸੀਂ ਇਹ ਸੋਚ ਕੇ ਵੋਟ ਪਾਉਣਾ ਕਿ ਜਿਹੜਾ ਵੋਟ ਹੈ ਉਹ ਸ਼੍ਰੀ ਨਰਿੰਦਰ ਭਾਈ ਮੋਦੀ ਤੱਕ ਪਹੁੰਚਣਾ, ਇਸ ਕਰਕੇ ਇਹਨਾਂ ਨੂੰ ਕਾਮਯਾਬ ਕਰਨਾ ਹੀ ਕਰਨਾ। ਜੀ ਕੀ ਨਾਮ ਹੈ ਜੀ ਭਾਅ ਜੀ ਆਪਣਾ? ਮੇਰਾ ਨਾਮ ਜੀ ਹਰਜੀਤ ਸਿੰਘ ਜੀ। ਅੱਛਾ ਜੀ, ਅਤੇ ਅੱਜ ਕਿੰਨੇ ਨੰਬਰ ਵਾਰਡ ਤੋਂ ਤੁਸੀਂ? ਜੀ ਸਾਡੀ ਵਾਰਡ ਨਹੀਂ ਪੈਂਦੀ, ਸਾਡੀ ਪੰਜ ਨੰਬਰ ਵਾਰਡ ਪੈਂਦੀ ਜੀ। ਅੱਛਾ, ਕਿਹੜਾ ਇਲਾਕਾ ਜੀ ਆਪਣਾ? ਇਹ ਰਾਮਨਗਰ ਕਲੋਨੀ ਜੀ। ਅੱਛਾ ਜੀ, ਅਤੇ ਅੱਜ ਇਲਾਕੇ 'ਚ ਤੁਹਾਡੇ ਕੌਣ ਆਏ ਸੀ ਜੀ? ਸਾਡੇ ਇਲਾਕੇ ਪਰਮਿੰਦਰ ਸਿੰਘ ਪਿੰਟੂ ਆਏ ਸੀ ਜੀ, ਪੱਪੂ ਮਹਿਣ ਜੀ ਆਏ ਨੇ, ਗੌਤਮ ਅਲੋੜਾ ਜੀ ਆਏ ਨੇ, ਗੌਤਮ ਰਾਜ ਜੀ ਆਏ ਨੇ, ਨਾ ਸਾਰੀ ਯੁਵਾ ਮੋਰਚਾ ਟੀਮ ਆਈ ਨੇ ਸਾਡੀ ਜਨਤਾ। ਅਤੇ ਕਿਹੜਾ ਅਹੁਦਾ ਦੇ ਕੇ ਗਏ ਜੀ ਤੁਹਾਨੂੰ? ਅੱਜ ਜੀ ਮੈਨੂੰ ਦੇ ਕੇ ਜੇ ਅਧਿਆਪਕ ਭਾਜਪਾ ਭਾਰਤੀ ਜਨਤਾ ਪਾਰਟੀ ਦਾ ਦੇ ਕੇ ਜੀ। ਠੀਕ ਹੈ, ਠੀਕ ਹੈ। ਅਤੇ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ 'ਚ? ਹਾਂਜੀ, ਪਾਰਟੀ ਨੇ ਦਿੱਤਾ ਮੌਕਾ ਵੀ ਸੇਵਾ ਕਰਨ ਦਾ ਜੀ, ਸੇਵਾ ਕਰਾਂਗੇ ਅਤੇ ਪਰਮਿੰਦਰ ਪਿੰਟੂ ਭਾਈ ਨੂੰ ਜਿਤਾਵਾਂਗੇ ਜੀ ਪੂਰੇ ਜੋਸ਼ ਸ਼ੋਰ ਨਾਲ ਜੀ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸਭੀ ਕੋ ਨਮਸਕਾਰ, ਹਿੰਦੀ ਮੈਂ ਬੋਲੂੰਗਾ, ਠੀਕ ਹੈ, ਚਲੇਗਾ ਭਈਆ? ਯੇ ਜੋ ਬਲਬ ਜਗ ਰਹਾ ਹੈ ਨਾ, ਇਸਕਾ ਪਾਵਰ ਹਾਊਸ ਕਹੀਂ ਔਰ ਹੈ, ਕਹੀਂ ਔਰ ਸੇ ਲਾਈਟ ਆ ਰਹੀ ਹੈ ਔਰ ਯੇ ਬਲਬ ਜਗ ਰਹਾ ਹੈ। ਐਸੇ ਹੀ ਯੇ ਪਾਵਰ ਹਾਊਸ ਜੋ ਹੈ ਨਾ ਯਹਾਂ ਕਾ, ਵੋ ਦਿੱਲੀ ਮੇਂ ਹੈ, ਮੋਦੀ ਜੀ ਕੇ ਪਾਸ ਹੈ। ਪ੍ਰਵਾਸੀ ਹੋ, ਬਾਹਰ ਸੇ ਆਤੇ ਹੋ, ਯਹਾਂ ਪਰ ਆਕਰ कहीं पुलिस स्टेशन में जरूरत पड़ जाती है, क्या होता है? कोई बाजू नहीं पकड़ता है। क्यों नहीं ऐसी सरकार लाए जो आपके साथ थे, आपके साथ चले, जिस पर आपका विश्वास हो। अमृतसर तो लव गिल, खबर हरपल इंडिया ले।